ਹਾਂਜੀ ਸਟੂਡੈਂਟਸ, ਤੁਹਾਡਾ ਸਵਾਗਤ ਆਪਾਂ ਲੈ ਕੇ ਆਏ ਹਾਂ ਜੀ ਨੈਕਸਟ ਆਪਣੀ ਵਨ ਲਾਈਨਰ ਹਿਸਟਰੀ ਦੀ ਕਲਾਸ 'ਤੇ। ਇਸ ਤੋਂ ਪਹਿਲਾਂ ਆਪਣੀਆਂ 10 ਕਲਾਸਾਂ ਲੱਗ ਚੁੱਕੀਆਂ ਨੇ, ਜੇਕਰ ਹਾਲੇ ਤੱਕ ਉਹ ਨਹੀਂ ਦੇਖੀਆਂ ਤਾਂ ਦੇਖ ਲਿਓ, ਪਲੇਲਿਸਟ ਬਣੀ ਹੋਈ ਹੈ। ਅਤੇ ਅੱਜ ਸ਼ੁਰੂ ਕਰਨਾ ਜੀ ਆਪਾਂ ਜੈਨ ਧਰਮ, ਅਤੇ ਇਹ ਜਿਹੜੇ ਕੁਐਸਚਨ ਆ ਸਟੂਡੈਂਟਸ, ਇਹ ਆਪਣੇ PSAT ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਹੈ, ਭਾਵੇਂ ਪੁਲਿਸ ਦਾ ਹੋਵੇ, ਭਾਵੇਂ PSSSB ਦਾ ਕੋਈ ਵੀ ਪੇਪਰ ਹੋਵੇ, ਭਾਵੇਂ PSPCL ਦਾ ਹੋਵੇ, VDO ਦਾ ਹੋਵੇ, ਜਾਂ ਫਿਰ ਜੁਡੀਸ਼ਰੀ ਦਾ ਹੋਵੇ, ਹਰ ਇੱਕ ਖੇਤਰ ਦੇ ਵਿੱਚ ਹਿਸਟਰੀ ਆਉਂਦੀ ਹੈ। ਅਤੇ ਇਹਨਾਂ ਦੇ ਵਿੱਚੋਂ ਤੁਹਾਨੂੰ 2-4 ਕੁਐਸਚਨ ਹਰੇਕ ਪੇਪਰ ਵਿੱਚ ਦੇਖਣ ਨੂੰ ਜ਼ਰੂਰ ਮਿਲ ਜਾਣਗੇ। ਸੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਵਟਸਐਪ ਟੈਲੀਗ੍ਰਾਮ ਗਰੁੱਪਸ ਨੂੰ ਜੁਆਇਨ ਕਰ ਲਿਆ ਕਰੋ। ਨੈਕਸਟ ਵੀਕ ਤੱਕ ਆਪਣੀ ਐਂਡਰੋਇਡ ਐਂਡ ਪਲੇ ਸਟੋਰ ਦੇ ਵਿੱਚ ਐਪਲੀਕੇਸ਼ਨ ਹੈ, ਨਾਲ ਹੀ ਐਪਲ ਫੋਨ ਦੇ ਲਈ ਵੀ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਲਾਂਚ ਹੋ ਜਾਏਗੀ, ਜਿੱਥੇ ਤੁਹਾਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਟੀਚਿੰਗ ਹੈ ਉਹ ਮਿਲਿਆ ਕਰੇਗੀ। ਸੋ ਕਰਦੇ ਹਾਂ ਜੀ ਅੱਜ ਦੇ ਕੁਐਸਚਨ ਸ਼ੁਰੂ। ਤਾਂ ਸਟੂਡੈਂਟਸ, ਜੇਕਰ ਆਪਾਂ ਗੱਲ ਕਰੀਏ ਅੱਜ ਦੇ ਪਹਿਲੇ ਕੁਐਸਚਨ ਦੀ, ਤਾਂ ਅੱਜ ਦਾ ਜਿਹੜਾ ਆਪਣਾ ਫਸਟ ਕੁਐਸਚਨ ਹੈ ਜੀ, ਉਹ ਹੈ ਕਿ ਦਿਰਜ ਦਾ ਕੀ ਅਰਥ ਹੈ। ਤਾਂ ਦ੍ਰਿਜ, ਇੱਥੇ ਦ੍ਰਿਜ, ਠੀਕ ਹੈ, ਮਤਲਬ ਦ੍ਰਹਿ, ਮਤਲਬ ਦੋ ਵਾਰੀ ਜੰਮੇ, ਠੀਕ ਹੈ। ਦ੍ਰਿਜ ਦਾ ਕੀ ਅਰਥ ਹੈ, ਦੋ ਵਾਰੀ ਜੰਮੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਆਪਣਾ ਕੁਐਸਚਨ ਹੈ ਜੀ, ਉਹ ਹੈ ਕਿ ਜੀਓ ਅਤੇ ਜੀਣ ਦਿਓ ਕਿਸਨੇ ਕਿਹਾ। ਜੀਓ ਅਤੇ ਜੀਣ ਦਿਓ ਕਿਸਨੇ ਕਿਹਾ, ਇਹ ਕਿਹਾ ਸੀਗਾ ਮਹਾਂਵੀਰ ਸਵਾਮੀ ਨੇ, ਠੀਕ ਹੈ। ਜੈਨ ਧਰਮ ਦੇ ਵਿੱਚ ਇਹ ਗੱਲ ਕਹੀ ਗਈ ਸੀ। ਇਹ ਵੀ ਕਿਹਾ, ਪੁੱਛਿਆ ਜਾ ਸਕਦਾ ਕਿ ਜੀਓ ਅਤੇ ਜੀਣ ਦਿਓ ਕਿਸ ਧਰਮ ਦੇ ਵਿੱਚ ਗੱਲ ਕਹੀ ਗਈ ਹੈ, ਤਾਂ ਇਹ ਗੱਲ ਜੈਨ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਕਹੀ ਗਈ ਸੀਗੀ। ਤਾਂ ਨੈਕਸਟ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਜੀ ਕਿ ਅਸ਼ੋਕਾ ਰਾਮ ਵਿਹਾਰ ਕਿਸ ਸਥਾਨ 'ਤੇ ਸਥਿਤ ਹੈ। ਅਸ਼ੋਕਾ ਰਾਮ ਵਿਹਾਰ ਕਿਸ ਸਥਾਨ ਦੇ ਉੱਪਰ ਸਥਿਤ ਹੈ, ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈ ਪਾਟਲੀਪੁੱਤਰ। ਹਾਂਜੀ, ਇਹ ਪਾਟਲੀਪੁੱਤਰ ਦੇ ਵਿੱਚ ਸਥਿਤ ਹੈ। ਨੈਕਸਟ ਆਪਣਾ ਕੁਐਸਚਨ ਹੈ ਜਿਹੜਾ ਉਹ ਹੈ ਜੀ 23ਵੇਂ ਤੀਰਥੰਕਰ ਦਾ ਨਾਮ ਕੀ ਸੀਗਾ। ਹਾਂਜੀ, 23ਵੇਂ ਤੀਰਥੰਕਰ ਦਾ ਨਾਮ ਕੀ ਸੀ, ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ, ਅਕਸਰ ਹੀ ਪੁੱਛਿਆ ਜਾਂਦਾ ਹੈ ਇਹ ਕੁਐਸਚਨ, ਜਿੰਨੇ ਮਰਜ਼ੀ ਸਟਾਰ ਲਾ ਲਓ ਤੁਸੀਂ ਇਸ 'ਤੇ। ਤਾਂ ਉਹਨਾਂ ਦਾ ਨਾਮ ਸੀਗਾ ਪਾਰਸ਼ਵ ਨਾਥ, ਠੀਕ ਹੈ, ਉਸਦਾ ਨਾਮ ਸੀ ਪਾਰਸ਼ਵ ਨਾਥ, 23ਵੇਂ ਤੀਰਥੰਕਰ ਦਾ ਨਾਮ। ਤਾਂ ਨੈਕਸਟ ਕੁਐਸਚਨ ਹੈ 24ਵੇਂ ਤੀਰਥੰਕਰ ਦਾ ਨਾਮ ਕੀ ਸੀਗਾ, 24ਵੇਂ ਤੀਰਥੰਕਰ ਦਾ ਨਾਮ ਕੀ ਸੀਗਾ ਇਹ ਪੁੱਛਿਆ ਗਿਆ। ਤਾਂ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਤੀਰਥੰਕਰ ਹੋਏ, ਤਾਂ ਟੋਟਲ 24 ਤੀਰਥੰਕਰ ਹੋਏ ਹੈ, ਔਰ 24ਵੇਂ ਤੀਰਥੰਕਰ ਦਾ ਜਿਹੜਾ ਨਾਮ ਸੀਗਾ ਉਹ ਵਰਧਮਾਨ ਮਹਾਂਵੀਰ ਸੀਗਾ, ਠੀਕ ਹੈ। 24ਵੇਂ ਤੀਰਥੰਕਰ ਦਾ ਨਾਮ ਸੀਗਾ ਵਰਧਮਾਨ ਮਹਾਂਵੀਰ। ਨੈਕਸਟ ਕੁਐਸਚਨ ਆਪਣਾ ਕਿ ਜਾਦੂ ਟੂਣੇ ਦੇ ਨਾਲ ਜੁੜੀ ਹੋਈ ਬੁੱਧ ਸੰਪਰਦਾਇ ਕਿਹੜੀ ਹੈ। ਹਾਂਜੀ, ਜੋ ਬੁੱਧ ਸੰਪਰਦਾਇ ਹੈ ਜਾਦੂ ਟੂਣੇ ਦੇ ਨਾਲ ਜੁੜੀ ਹੋਈ, ਤਾਂ ਉਹ ਹੈ ਜੀ ਵਜ਼ਰਯਾਨ। ਹਾਂਜੀ, ਵਜ਼ਰਯਾਨ ਹੈ ਜਿਹੜੀ ਉਹ ਜਾਦੂ ਟੂਣੇ ਨਾਲ ਜੁੜੀ ਹੋਈ ਬੁੱਧ ਸੰਪਰਦਾਇ ਹੈ। ਆਪਣੀ ਨੈਕਸਟ ਕੁਐਸਚਨ ਹੈ ਕਿ ਜੈਨ ਸਾਹਿਤ ਦਾ ਸੰਕਲਨ ਕਿਸ ਭਾਸ਼ਾ ਅਤੇ ਲਿਪੀ ਵਿੱਚੋਂ ਹੋਇਆ। ਤਾਂ ਜਿਹੜੀ ਬੁੱਧ ਧਰਮ ਦੇ ਗ੍ਰੰਥ ਹੈ ਉਹ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਸੀ ਜੀ, ਇਸ ਚੀਜ਼ ਨੂੰ ਯਾਦ ਰੱਖਿਓ, ਕਈ ਵਾਰੀ ਪੁੱਛਿਆ ਜਾਂਦਾ ਇਹ ਕੁਐਸਚਨ। ਅਤੇ ਜੈਨ ਧਰਮ ਦਾ ਸਾਹਿਤ ਆ ਜਿਹੜਾ ਉਹ ਕਿਹੜੀ ਭਾਸ਼ਾ ਲਿਪੀ ਵਿੱਚ ਹੈ, ਤਾਂ ਉਹ ਆਪਾਂ ਦੱਸ ਦਿੰਦੇ ਹਾਂ ਤੁਹਾਨੂੰ। ਇਹ ਜੀ ਸਭ ਤੋਂ ਪਹਿਲਾਂ ਹੈਗਾ ਪ੍ਰਕ੍ਰਿਤ ਜਿਹੜੀ ਹੈ ਲਿਪੀ, ਅਤੇ ਜਿਹੜਾ ਅਰਧ ਮਗਧੇ ਇਹ ਆਪਣੀ ਲਿਪੀ ਹੈ, ਅਰਧ ਮਗਧੇ ਅਤੇ ਪ੍ਰਕ੍ਰਿਤ ਭਾਸ਼ਾ ਹੈ ਜਿਸ ਦੇ ਵਿੱਚ ਇਹ ਲਿਖੇ ਗਏ ਸੀਗੇ, ਠੀਕ ਹੈ। ਤੁਹਾਨੂੰ ਇਕੱਲਾ ਇਹ ਵੀ ਪੁੱਛਿਆ ਜਾ ਸਕਦਾ ਭਾਸ਼ਾ ਕਿਹੜੀ ਸੀ, ਉਹ ਸੀਗੀ ਪ੍ਰਕ੍ਰਿਤ, ਲਿਪੀ ਕਿਹੜੀ ਸੀ, ਅਰਧ ਮਗਧੇ, ਠੀਕ ਹੈ। ਤਾਂ ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਆਪਣਾ ਨੈਕਸਟ ਕੁਐਸਚਨ ਹੈ ਜੈਨ ਗ੍ਰੰਥ
ਕਲਪ ਸੂਤਰ ਦੀ ਰਚਨਾ ਕਿਸਨੇ ਕੀਤੀ? ਤਾਂ ਜੈਨ ਗ੍ਰੰਥ ਕਲਪ ਸੂਤਰ ਦੀ ਰਚਨਾ ਜਿਹੜੀ ਉਹ ਭਦਰ ਬਾਹੂ ਨੇ ਕੀਤੀ ਸੀਗੀ। ਭਦਰ ਬਾਹੂ ਨੇ ਜੈਨ ਗ੍ਰੰਥ ਆ ਜਿਹੜਾ ਕਲਪ ਸੂਤਰ ਉਸਦੀ ਰਚਨਾ ਕੀਤੀ ਸੀ। ਰੱਟੇ ਮਾਰ ਲਓ, ਇਹ ਕੁਸ਼ਚਨ ਪੱਕਾ ਆਉਂਦਾ ਹੁੰਦਾ। ਤਾਂ ਨੈਕਸਟ ਕੁਸ਼ਚਨ ਹੈ, ਜੈਨ ਧਰਮ ਦਾ ਆਧਾਰਭੂਤ ਬਿੰਦੂ ਕੀ ਹੈ? ਤਾਂ ਜੈਨ ਧਰਮ ਦਾ ਆਧਾਰਭੂਤ ਬਿੰਦੂ ਕੀ ਹੈ? ਤਾਂ ਜੇਕਰ ਉਸਦੀ ਗੱਲ ਕਰੀਏ ਤਾਂ ਇਸਦਾ ਸਹੀ ਆਂਸਰ ਹੈ ਜੀ ਅਹਿੰਸਾ। ਹਾਂਜੀ, ਇਹ ਜਿਹੜੇ ਲੋਕ ਹੈ ਇਹ ਸ਼ਾਂਤੀ ਪਸੰਦ ਲੋਕ ਹੈ, ਜੈਨ ਧਰਮ ਦੇ ਲੋਕ। ਇਹਨਾਂ ਨੂੰ ਹਿੰਸਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ, ਹਿੰਸਾ ਨੂੰ ਬਿਲਕੁਲ ਵੀ ਇਹ ਪਸੰਦ ਨਹੀਂ ਕਰਦੇ। ਇਹ ਮਹਾਤਮਾ ਗਾਂਧੀ ਦੀ ਤਰ੍ਹਾਂ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਆ ਜੈਨ ਧਰਮ ਵਾਲੇ। ਠੀਕ ਹੈ, ਤਾਂ ਇਹ ਹੈ ਜੀ ਆਪਣਾ ਮੋਸਟ ਇੰਪੋਰਟੈਂਟ ਕੁਸਚਨ ਹੈ। ਅਤੇ ਨੈਕਸਟ ਕੁਸਚਨ ਵੱਲ ਵੱਧਦੇ ਹਾਂ। ਆਪਣਾ ਜੈਨ ਧਰਮ ਦੀਆਂ ਦੋ ਸੰਪਰਦਾਵਾਂ ਕਿਹੜੀਆਂ ਕਿਹੜੀਆਂ ਹੋਈਆਂ? ਇੱਕ ਤਾਂ ਦਿਗੰਬਰ ਹੋਏ ਹੈ, ਇੱਕ ਸ਼ਵੇਤਾਂਬਰ ਹੋਏ ਆ। ਠੀਕ ਹੈ, ਇੱਕ ਦਿਗੰਬਰ ਹੋਏ ਆ, ਇੱਕ ਸ਼ਵੇਤਾਂਬਰ ਹੋਏ ਆ। ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ, ਜਿਹੜੇ ਸ਼ਵੇਤਾਂਬਰ ਹੈ ਨਾ, ਇਹ ਚਿੱਟੇ ਕੱਪੜੇ ਪਾ ਕੇ ਰੱਖਦੇ ਹੈਗੇ। ਠੀਕ ਹੈ, ਚਿੱਟੇ ਕੱਪੜੇ ਪਾ ਕੇ ਰੱਖਦੇ ਆ ਜਿਹੜੇ ਸ਼ਵੇਤਾਂਬਰ ਹੈ। ਅਤੇ ਜਿਹੜੇ ਦਿਗੰਬਰ ਹੈ ਇਹ ਆਪਣਾ ਨਾਲ ਜਿਹੜੇ ਸ਼ਵੇਤਾਂਬਰ ਹੈ ਇਹ ਆਪਣੇ ਚਿਹਰੇ ਦੇ ਉੱਪਰ ਚਿੱਟੀ ਪੱਟੀ ਵੀ ਬੰਨ੍ਹ ਕੇ ਰੱਖਦੇ ਆ ਜੈਨ ਧਰਮ ਦੇ ਵਿੱਚ। ਇਹ ਇੱਕ ਪਰੰਪਰਾ ਹੈ। ਠੀਕ ਹੈ, ਤਾਂ ਜੈਨ ਧਰਮ ਦੇ ਸ਼ਵੇਤਾਂਬਰ ਸੰਪਰਦਾਇ ਦੇ ਸੰਸਥਾਪਕ ਕੌਣ ਸੀ? ਮੋਸਟ ਇੰਪੋਰਟੈਂਟ ਕੁਸਚਨ ਹੈ ਇਹ ਸੰਪਰਦਾਇ ਸੰਸਥਾਪਕਾਂ ਵਾਲੇ ਕੁਸਚਨ ਜੀ ਨਾ ਕਾਫੀ ਆਉਂਦੇ ਆ ਇਹ। ਅਤੇ ਆਪਣਾ ਨਾ ਜਿਹੜਾ ਕੁਸਚਨ ਹੈ, ਜੈਨ ਧਰਮ ਦੇ ਸ਼ਵੇਤਾਂਬਰ ਸੰਪਰਦਾਇ ਦੇ ਸੰਸਥਾਪਕ ਆ ਜਿਹੜੇ ਉਹ ਸਥੂਲ ਭੱਦਰ ਸੀਗੇ। ਠੀਕ ਹੈ, ਕੀ ਨਾਮ ਸੀ ਉਹਨਾਂ ਦਾ? ਸਥੂਲ ਭੱਦਰ। ਤਾਂ ਨੈਕਸਟ ਕੁਸਚਨ ਵੱਲ ਵੱਧਦੇ ਹਾਂ। ਆਪਣਾ ਜਿਹੜਾ ਨੈਕਸਟ ਕੁਸਚਨ ਹੈ ਜੀ ਉਹ ਹੈਗਾ ਹੈ, ਜੈਨ ਧਰਮ ਦੋ ਭਾਗਾਂ ਵਿੱਚ ਕਦੋਂ ਵੰਡਿਆ ਗਿਆ? ਤਾਂ ਹਾਂਜੀ, ਜਿਹੜਾ ਜੈਨ ਧਰਮ ਹੈ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ, ਸ਼ਵੇਤਾਂਬਰ ਅਤੇ ਦਿਗੰਬਰ। ਤਾਂ ਇੱਥੇ ਚੰਦਰਗੁਪਤ ਮੌਰੀਆ ਦੇ ਸਮੇਂ ਇਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ। ਨੈਕਸਟ ਜਿਹੜਾ ਪਹਿਲਾ ਜੈਨ ਧਰਮ ਦੇ ਪਹਿਲੇ ਤੀਰਥੰਕਰ ਦਾ ਕੀ ਨਾਮ ਸੀ? ਇਹ ਮੋਸਟ ਇੰਪੋਰਟੈਂਟ ਹੈ। ਪਹਿਲਾ ਤੀਰਥੰਕਰ ਹੈ ਅਤੇ ਆਖਰੀ ਤੀਰਥੰਕਰ ਹੈ ਜਿਹੜਾ ਪੁੱਛਿਆ ਜਾਂਦਾ ਹੈ। ਤਾਂ ਪਹਿਲਾ ਤੀਰਥੰਕਰ ਹੈ ਜਿਹੜਾ ਉਹ ਰਿਸ਼ਵ ਦੇਵ ਸੀਗਾ। ਪਹਿਲਾ ਤੀਰਥੰਕਰ ਕੌਣ ਸੀ? ਰਿਸ਼ਵ ਦੇਵ। ਅਤੇ ਜੈਨ ਧਰਮ ਦੇ ਵਿੱਚ ਤੀਰਥੰਕਰ ਦਾ ਮਤਲਬ ਕੀ ਹੈ? ਉਹ ਹੁੰਦਾ ਮੁਕਤੀਦਾਤਾ, ਮੁਕਤੀ ਦੇਣ ਵਾਲਾ। ਠੀਕ ਹੈ, ਤੀਰਥੰਕਰ ਦਾ ਅਰਥ ਕੀ ਹੈ? ਮੁਕਤੀ ਦੇਣ ਵਾਲਾ। ਅਤੇ ਜੈਨ ਧਰਮ ਵਿੱਚ ਪੂਰਨ ਗਿਆਨ ਲਈ ਕਿਹੜਾ ਸ਼ਬਦ ਹੈ? ਜਿਸ ਨੂੰ ਜਦੋਂ ਪੂਰਨ ਗਿਆਨ ਮਿਲ ਜਾਂਦਾ ਤਾਂ ਉਸ ਸਮੇਂ ਕਿਹੜਾ ਸ਼ਬਦ ਵਰਤਿਆ ਜਾਂਦਾ? ਉਹ ਵਰਤਿਆ ਜਾਂਦਾ ਜੀ ਕੈਵਲਿਆ। ਠੀਕ ਹੈ, ਜਿਸ ਨੂੰ ਕਵੱਲਿਆ ਵੀ ਕਿਹਾ ਜਾਂਦਾ, ਕੈਵਲਿਆ ਵੀ ਕਿਹਾ ਜਾਂਦਾ। ਠੀਕ ਹੈ, ਇਹ ਉਚਾਰਨ ਆਪਣੇ ਆਪਣੇ, ਇਹ ਕਵੱਲਿਆ ਹੁੰਦਾ ਵੈਸੇ, ਇਹਨੂੰ ਕੈਵਲਿਆ ਵੀ ਲਿਖਿਆ ਜਾਂਦਾ, ਤਾਂ ਕਨਫਿਊਜ਼ ਨਹੀਂ ਹੋਣਾ। ਤਾਂ ਨੈਕਸਟ ਕੁਸਚਨ ਹੈ ਜਿਹੜਾ ਉਹ ਪਹਿਲੀ ਜੈਨ ਮਹਾਸਭਾ ਜਾਂ ਬੋਧ ਸੰਗਤੀ ਹੈ ਜਿਹੜੀ, ਉਸਦਾ ਆਯੋਜਨ ਕਿੱਥੇ ਹੋਇਆ ਸੀਗਾ? ਤਾਂ ਪਹਿਲੀ ਜੈਨ ਮਹਾਸਭਾ ਜਾਂ ਬੋਧ ਸੰਗਤੀ ਹੈ ਜਿਹੜੀ ਉਹ ਪਾਟਲੀਪੁੱਤਰ ਦੇ ਵਿੱਚ ਹੋਈ ਸੀਗੀ। ਇਹ ਵੀ ਮੋਸਟ ਇੰਪੋਰਟੈਂਟ ਕੁਸਚਨ ਹੈ, ਬਹੁਤ ਵਾਰ ਆਇਆ ਹੋਇਆ ਕੁਸਚਨ ਹੈ। ਆਪਣਾ ਨੈਕਸਟ ਕੁਸਚਨ ਹੈ, ਪ੍ਰਸ਼ਿਸ਼ਟ ਪਰਵ ਜੋ ਜੈਨ ਧਰਮ ਦੇ ਨਾਲ ਸੰਬੰਧਿਤ ਹੈ ਉਸਦਾ ਚਰਨਕਾਰ ਕੀ ਹੈ? ਤਾਂ ਉਸਦਾ ਚਰਨਕਾਰ ਹੈ ਜਿਹੜਾ ਉਹ ਹੈ ਹੇਮਚੰਦ। ਠੀਕ ਹੈ, ਉਹ ਕੀ ਹੈ? ਹੇਮਚੰਦ। ਤਾਂ ਆਪਣਾ ਨੈਕਸਟ ਕੁਸਚਨ ਹੈ, ਅਨੁਵਰਤ ਸ਼ਬਦ ਕਿਸ ਧਰਮ ਨਾਲ ਜੁੜਿਆ ਹੋਇਆ? ਅਨੁਵਰਤ ਸ਼ਬਦ ਹੈ ਜਿਹੜਾ ਉਹ ਕਿਸ ਧਰਮ ਦੇ ਨਾਲ ਜੁੜਿਆ ਹੋਇਆ? ਉਹ ਹੈ ਜੀ ਜੈਨ ਧਰਮ ਨਾਲ ਜੁੜਿਆ ਹੋਇਆ ਹੈ ਅਨੁਵਰਤ ਸ਼ਬਦ। ਨੈਕਸਟ ਕੁਸਚਨ ਵੱਲ ਵੱਧਦੇ ਹਾਂ। ਆਪਣਾ ਜਿਹੜਾ ਨੈਕਸਟ ਕੁਸਚਨ ਹੈ ਉਹ ਹੈਗਾ, ਮਹਾਂਵੀਰ ਜਾਂ ਮਹਾਵਰੀ ਸਵਾਮੀ ਦਾ ਪੰਜਵਾਂ ਮਹਾਂਵਰਤ ਕੀ ਹੈ? ਤਾਂ ਉਹ ਹੈ ਜੀ, ਪੰਜਵਾਂ ਮਹਾਂਵਰਤ ਜਿਹੜਾ ਉਹ ਹੈ
ਬ੍ਰਹਮਚਾਰੀ ਆ। ਮਹਾਂਵੀਰ ਸਵਾਮੀ ਦਾ ਜਿਹੜਾ ਪੰਜਵਾਂ ਮਹਾਂਵਰਤ ਉਹ ਬ੍ਰਹਮਚਾਰੀ ਹੈ। ਅਤੇ ਨੈਕਸਟ ਕੁਐਸਚਨ ਹੈ, ਮਹਾਂਵਿਭਾਸ਼ ਸ਼ਾਸਤਰ ਦੇ ਰਚਨਕਾਰ ਕੌਣ ਸੀ? ਤਾਂ ਮਹਾਂਵਿਭਾਸ਼ ਸ਼ਾਸਤਰ ਦੇ ਰਚਨਹਾਰ ਆ ਜਿਹੜੇ ਉਹ ਵਸ਼ੂਮਿੱਤਰ ਸੀਗੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਆਪਣਾ ਉਹ ਹੈ ਜੀ, ਮਹਾਂਵੀਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀਗਾ? ਤਾਂ ਮਹਾਂਵੀਰ ਦਾ ਜਨਮ ਹੈ ਜਿਹੜਾ ਉਹ 599 ਈਸਾਪੁਰ ਦੇ ਵਿੱਚ ਕੁੰਡਲ ਗ੍ਰਾਮ ਦੇ ਵਿੱਚ ਹੋਇਆ ਸੀਗਾ। ਕੁੰਡਲ ਗ੍ਰਾਮ ਜਾਂ ਕੁੰਡਲ ਪਿੰਡ ਵੀ ਲਿਖ ਦਿੰਦੇ ਇਹਨੂੰ, ਤਾਂ ਕੁੰਡਲ ਗ੍ਰਾਮ ਦੇ ਵਿੱਚ ਹੋਇਆ ਸੀ 599 ਦੇ ਵਿੱਚ ਮਹਾਂਵੀਰ ਦਾ ਜਨਮ। ਮਹਾਂਵੀਰ ਦਾ ਜਨਮ ਕਿਸ ਗੋਤਰ ਵਿੱਚ ਹੋਇਆ ਸੀ? ਤਾਂ ਮਹਾਂਵੀਰ ਦਾ ਜਿਹੜਾ ਜਨਮ ਕਿਸ ਗੋਤਰ ਵਿੱਚ ਹੋਇਆ ਸੀ? ਉਹ ਯਾਂਤਰਿਕ ਗੋਤਰ ਦੇ ਵਿੱਚ ਹੋਇਆ ਸੀਗਾ, ਯਾਦ ਰੱਖਿਓ, ਯਾਂਤਰਿਕ ਗੋਤਰ ਦੇ ਵਿੱਚ ਮਹਾਂਵੀਰ ਦਾ ਜਿਹੜਾ ਜਨਮ ਉਹ ਹੋਇਆ ਸੀ। ਨੈਕਸਟ ਕੁਐਸਚਨ ਹੈ, ਮਹਾਂਵੀਰ ਦਾ ਪਹਿਲਾ ਸ਼ਿਸ਼ ਕੌਣ ਸੀਗਾ? ਹਾਂਜੀ, ਮਹਾਂਵੀਰ ਦਾ ਪਹਿਲਾ ਚੇਲਾ ਜਾਂ ਸ਼ਿਸ਼ ਕੌਣ ਸੀਗਾ? ਉਹ ਸੀਗਾ ਜੀ ਜਮਾਲੀ। ਜਮਾਲੀ ਉਸਦਾ ਨਾਮ ਸੀਗਾ, ਮਹਾਂਵੀਰ ਦਾ ਜੋ ਪਹਿਲਾ ਸ਼ਿਸ਼ ਸੀਗਾ। ਅਤੇ ਨੈਕਸਟ ਕੁਐਸਚਨ, ਮਹਾਂਵੀਰ ਦਾ ਮੁੱਢਲਾ ਨਾਮ ਕੀ ਸੀ ਅਤੇ ਕਬੀਲਾ ਕੀ ਸੀਗਾ? ਤਾਂ ਮਹਾਂਵੀਰ ਦਾ ਜਿਹੜਾ ਮੁੱਢਲਾ ਨਾਮ ਸੀ ਉਹ ਸੀਗਾ ਜੀ ਵਰਧਮਾਨ। ਠੀਕ ਹੈ, ਅਤੇ ਕਬੀਲਾ ਜਿਹੜਾ ਉਹ ਸੀਗਾ ਇਹਦਾ ਲਿਸ਼ਵੀ, ਲਿਸ਼ਵੀ ਕਬੀਲੇ ਨਾਲ ਸੰਬੰਧ ਰੱਖਦਾ ਸੀਗਾ ਮਹਾਂਵੀਰ, ਅਤੇ ਇਸਦਾ ਜਿਹੜਾ ਮੁੱਢਲਾ ਨਾਮ ਹੈ ਉਹ ਵਰਧਮਾਨ ਸੀਗਾ। ਤਾਂ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਇਹ ਮੋਸਟ ਇੰਪੋਰਟੈਂਟ ਜੈਨ ਧਰਮ ਦੇ ਨਾਲ ਜਿਹੜਾ ਆਪਣਾ ਪਹਿਲਾ ਸੈਗਮੈਂਟ ਸੀਗਾ ਉਹ ਆਪਣਾ ਹੋ ਗਿਆ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਹੀ ਕੁਝ ਦਿਨਾਂ ਤੱਕ ਆਪਣੀ ਐਪਲੀਕੇਸ਼ਨ ਅਤੇ ਨਾਲ ਹੀ ਆਪਣੀ ਇੱਕ ਹਿਸਟਰੀ ਦੀ ਈ ਬੁੱਕ ਵੀ ਰਿਲੀਜ਼ ਹੋ ਜਾਵੇਗੀ। ਸੋ ਉੱਥੇ ਵੱਧ ਤੋਂ ਵੱਧ ਸਪੋਰਟ ਕਰਨਾ, ਉੱਥੇ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਰ ਵੀ ਆਪਣੇ ਇੱਕ ਦੋ ਟੀਚਰ ਆ ਜਿਹੜੇ ਹੋਣਗੇ ਉਹ ਤੁਹਾਨੂੰ ਉੱਥੇ ਟੀਚ ਕਰਨਗੇ। ਸੋ ਮਿਲਦੇ ਹਾਂ ਨੈਕਸਟ ਐਜੂਕੇਸ਼ਨਲ ਵੀਡੀਓ ਅਤੇ ਐਜੂਕੇਸ਼ਨਲ ਅਪਡੇਟ ਦੇ ਨਾਲ। ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ETT 6994 ਦੇ ਬਾਰੇ ਵੀ ਜਾਣਕਾਰੀ ਦੇਵਾਂਗੇ, ਉਸ ਵਿੱਚ ਕੀ ਹੋਇਆ। ਸੋ ਹੁਣ ਲਈ ਇੰਨਾ ਹੀ, ਧੰਨਵਾਦ।